ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਵੀ ਨੀ ਟੂ ਸ਼ਟਰਾਂ ਵਾਲਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਮੇਰੇ ਗਾਣੇ ਆ ਰਹੇ ਆ। ਡੀ ਜੀ ਪੀ ਪੰਜਾਬ ਜੱਟ ਦੀ ਕੋਠੀ, ਮੈਂ ਮੁੰਡਾ ਫੌਜੀ ਦਾ, ਕੁੜੀ ਮੈਨੂੰ ਕਹਿੰਦੀ ਗੋਡ ਬਲੈਸ ਜੀ। ਹੁਣ ਆ ਰਿਹਾ ਮੇਰਾ ਨਵਾਂ ਗਾਣਾ ਯਾਰ। ਯਾਰੀਆਂ ਮਲਾਈਆਂ ਵੇਖ ਯਾਰੀਆਂ, ਯਾਰੀਆਂ ਮਲਾਈਆਂ ਵੇਖ ਯਾਰੀਆਂ, ਗਰ ਦਸ ਬੋਰ ਮੁੰਡਿਆਂ ਨਾ ਯਾਰ। ਔਰ ਯਾਰੀਆਂ ਨੂੰ ਦੱਬ ਕੇ ਸਪੋਰਟ ਕਰੋ, ਦੱਬ ਕੇ ਸ਼ੇਅਰ ਕਰੋ। ਸ਼ੁਰੂਆਤ ਕੀਤਾ ਗੁਰਦਾਸਪੁਰ ਤੋਂ, ਯਾਰੀਆਂ ਮਲਾਈਆਂ ਯਾਰੀਆਂ, ਗੁਰਦਾਸਪੁਰ ਨੇ ਲਾਈਆਂ ਯਾਰੀਆਂ, ਯਾਰੀਆਂ ਮਲਾਈਆਂ ਯਾਰੀਆਂ, ਅੰਮ੍ਰਿਤਸਰ ਵਾਲਿਆਂ ਨਾਲ ਲਾਈਆਂ ਯਾਰੀਆਂ, ਮੁੰਡਿਆਂ ਨਾਲ ਯਾਰੀਆਂ, ਮੈਂ ਜਾਣ ਲਾਈਆਂ ਯਾਰੀਆਂ, ਜਲੰਧਰ ਵਾਲੇ ਮੁੰਡਿਆਂ ਨਾਲ ਲਾਈਆਂ ਯਾਰੀਆਂ, ਯਾਰੀਆਂ ਮੈਂ ਲਾਈਆਂ ਯਾਰੀਆਂ, ਮੈਂ ਖਿੱਚੀਆਂ ਤਿਆਰੀਆਂ ਲੁਧਿਆਣੇ ਵਾਲੇ ਨਾਲ ਯਾਰੀਆਂ ਮੁੰਡਿਆਂ ਦੀਆਂ। ਇਹ ਬਹੁਤ ਅੱਛਾ ਗਾਣਾ, ਬਹੁਤ ਈਵੈਂਟ ਦੇ ਵਿੱਚ ਚੱਲਿਆ। ਪਲੀਜ਼ ਤੁਸੀਂ ਦੱਬ ਕੇ ਸਪੋਰਟ ਕਰੋ, ਦੱਬ ਕੇ ਸ਼ੇਅਰ ਕਰੋ, ਤਾਂ ਕਿ ਪਤਾ ਲੱਗ ਜਾਏ ਯਾਰੀਆਂ ਦਾ ਕੀ ਮਤਲਬ ਹੁੰਦਾ, ਯਾਰੀਆਂ ਕਿੱਥੋਂ ਪੈਂਦੀਆਂ, ਯਾਰੀਆਂ ਕਿੱਦਾਂ ਚੱਲਦੀਆਂ, ਔਰ ਯਾਰੀਆਂ ਹੀ ਯਾਰੀਆਂ। ਔਰ ਮੇਰਾ ਇੱਕ ਨਵਾਂ ਗਾਣਾ ਆ ਰਿਹਾ ਪਸਤੌਲ, ਮੁੰਡਾ ਪਸਤੌਲ ਵਰਗਾ, ਨਹੀਂ ਮੁੰਡਾ ਪਸਤੌਲ ਵਰਗਾ, ਉਹਦਾ ਗਾਣਾ ਦੇਖੋ, ਕਮੈਂਟ ਦੇਖੋ, ਤੁਸੀਂ ਸੁਣ ਸੁਣ ਕਮੈਂਟ ਭੇਜੋਗੇ ਤਾਂ ਮੈਨੂੰ ਹੋਰ ਹੀ ਵਧੀਆ ਲੱਗੇਗਾ। ਜਿਹੜਾ ਪਸਤੌਲ ਵਾਲਾ ਗਾਣਾ ਮੇਰਾ ਵਰਲਡ, ਆਲ ਦਾ ਵਰਲਡ, ਦਾ ਵਰਲਡ, ਜਿਹਦੇ ਕੋਈ ਵੀ ਨਹੀਂ ਫੇਲ ਕਰ ਸਕਦਾ। ਇਹ ਸਾਰੇ ਅਸੀਂ ਸਿੰਗਰਾਂ ਨੂੰ ਸੋਚਣ 'ਤੇ ਮਜਬੂਰ ਕਰ ਦੇਗਾ, ਜਿਹੜਾ ਜਿਹੜਾ ਗਾਣਾ ਲਿਖਿਆ ਮੁੰਡਾ ਪਸਤੌਲ ਵਰਗਾ, ਬਹੁਤ ਜ਼ਬਰਦਸਤ ਗਾਣਾ। ਮੈਂ ਤੁਹਾਨੂੰ ਇਹ ਕਹਿਣਾ ਕਿ ਇੱਕ ਯਾਰੀਆਂ ਵਾਲਾ ਗਾਣਾ ਪਹਿਲਾਂ ਜਿਹੜਾ ਆ ਰਿਹਾ ਮੇਰਾ, ਦੱਬ ਕੇ ਸ਼ੇਅਰ ਕਰ ਦਿਓ, ਦੱਬ ਕੇ ਸਪੋਰਟ ਕਰ ਦਿਓ, ਤਾਂ ਕਿ ਹਰ ਇੱਕ ਬੰਦਾ ਦੇਖੇ ਵੀ ਯਾਰੀਆਂ ਕਿੱਦਾਂ ਪੈਂਦੀਆਂ ਨੇ, ਔਰ ਯਾਰੀਆਂ ਵਿੱਚ ਕੀ ਹੁੰਦਾ। ਯਾਰੀਆਂ ਕਰਨ ਤੋਂ ਬਾਅਦ ਮੇਰਾ ਗਾਣਾ ਆ ਰਿਹਾ ਮੁੰਡਾ ਪਸਤੌਲ ਵਰਗਾ, ਪਸਤੌਲ ਵਰਗਾ ਮੁੰਡਾ ਇੱਕ ਗਾਣੇ ਦਾ ਨਾਮ ਹੈ ਜੀ। ਪਲੀਜ਼ ਤੁਸੀਂ ਇੱਕ ਵਾਰੀ ਰਿਕੁਐਸਟ ਹੈ ਮੈਨੂੰ ਤੁਹਾਡੇ ਅੱਗੇ, ਤੁਸੀਂ ਇਹਨੂੰ ਦੱਬ ਤੋਂ ਵਧੀਆ ਵਧੀਆ ਸਪੋਰਟ ਦੇਣੀ ਹੈ। ਜਿੰਨੀ ਸਪੋਰਟ ਦਿਓਗੇ ਤੁਹਾਡੇ ਭਰਾ ਦਾ ਉਹਨਾਂ ਫਾਇਦਾ ਹੋਏਗਾ, ਔਰ ਤੁਹਾਡਾ ਭਰਾ ਤੁਹਾਡੇ ਨਾਲ ਖੜਾ, ਤੁਹਾਡੇ ਭਰਾ ਨੂੰ ਦੇਖਣ ਨੂੰ ਮਿਲੇਗਾ, ਔਰ ਤੁਸੀਂ ਉਹਨੂੰ ਮਿਲ ਸਕਦੇ ਹੋ ਸੁਣ ਸੁਣੇ ਕਮੈਂਟਾਂ ਦੇ ਵਿੱਚ, ਸੁਣ ਸੁਣੇ ਲਾਈਕਾਂ ਦੇ ਵਿੱਚ। ਔਰ ਮੇਰੇ ਵੀਰ, ਮੈਨੂੰ ਪੁੱਛਿਆ ਕਿਸੇ ਨੇ ਰੱਬ ਤੂੰ ਕਿਤੇ ਦੇਖਿਆ, ਮੈਂ ਰੱਬ ਉੱਥੇ ਦੇਖਿਆ ਜਿਹਨਾਂ ਨੇ ਮੇਰੀ ਵੀਡੀਓ ਮੈਨੂੰ, ਮੇਰੇ ਗਾਣੇ ਨੂੰ ਪ੍ਰਮੋਟ ਕੀਤਾ, ਮੈਨੂੰ ਸ਼ੇਅਰ, ਮੈਨੂੰ ਵੱਧ ਤੋਂ ਵੱਧ ਹਾਈਲਾਈਟ ਕੀਤਾ, ਮੈਂ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੁੰਦਾ ਜੀ। ਉਹ ਮੇਰੇ ਰੱਬ ਨੇ ਜੀ, ਉਹ ਮੇਰੇ ਪਰਮਾਤਮਾ ਨੇ ਜਿਹੜੇ ਮੇਰੀ ਵੀਡੀਓ ਸ਼ੇਅਰ ਕਰਦੇ। ਥੈਂਕ ਯੂ ਦੋਸਤੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਧੰਨਵਾਦ। ਮੈਂ ਇਹਨਾਂ ਲਫ਼ਜ਼ਾਂ ਨਾਲ ਹੀ ਮੈਂ ਆਪਣੀ ਬਾਣੀ ਨੂੰ ਨਿਰਮਾਣ ਦਿੰਦਾ ਜੀ, ਕਿ ਤੁਸੀਂ ਮੇਰੇ ਵੀਰ ਹੋ, ਕੋਈ ਵੀ ਗੱਲਬਾਤ ਕਰਨੀ, ਮੇਰੀ ਫਿਲਮ ਆ ਰਹੀ ਆ ਨੀਟੂ ਜੋਕਰ, ਭੂਤਾਂ ਦੀ ਮੂਵੀ ਡਿਫਾਲਟਰ, ਦਿਲ ਦੇ ਰਿਸ਼ਤੇ, ਹੋਰ ਵੀ ਮੇਰੀਆਂ ਬੜੀਆਂ ਮੂਵੀਆਂ ਆ ਰਹੀਆਂ, ਕਿ ਪਲੀਜ਼ ਤੁਸੀਂ ਸਾਰਿਆਂ ਨੂੰ ਦੇਖਣਾ ਜੀ। ਥੈਂਕ ਯੂ ਜੀ।